82 ਤੋਂ ਪਹਿਲੇ ਤੁਹਾਡੀ ਟ੍ਰਾਂਸਪੋਰਟ ਕਰਾਚੀ ਚਲਣੀ? ਹੈਦਰਾਬਾਦ ਤੋਂ ਕਰਾਚੀ ਚਲਦੀ ਰਹੀ ਹੈ। 82 ਤੋਂ ਹਨਪੁਰ ਰੋਡ ਤੇ ਦਾਤਾਰ ਰੋਡ ਤੇ ਆ ਗਏ। ਇਹ ਸਾਵਿਆਂ ਕੱਪੜਿਆਂ ਵਾਲਾ ਜਾਣਾ ਮੈਂ, ਕੋਈ ਸਪੈਸ਼ਲ ਮਹਿਮਾਨ ਲੱਗਣੇ, ਕੌਣ ਹੈ ਜੀ ਜਾਣਾ? ਇਹ ਮਹਿਮਾਨ ਧਾਰਾਂ ਤੋਂ ਆਇਆ ਜੀ, 93 99 ਜੀ। ਮਾਸ਼ਾਅੱਲਾ, ਇਹ ਬਿਡਫੋਰਡ ਹੈ ਕੇ ਸ਼ਾਇਵ? ਇਹ ਬਿਡਫੋਰਡ ਡੱਬਾ ਵੀ 93। ਅਸਲਾਮ ਵਾਲੇਕਮ ਦੋਸਤੋ, ਮੈਂ ਮੁਹੰਮਦ ਸ਼ੇਬ ਗੁਜਰ ਦਵਾਲੀਆਂ ਵਾਲਾ। ਕਿਆ ਹਾਲ ਹੈ ਜੀ? ਠੀਕ ਹੋ? ਵਾਲੋ ਖੈਰ ਹੈ? ਜੈਸਾ ਕਿ ਇਸ ਤੋਂ ਪਹਿਲੀ ਵੀਡੀਓ ਵਿੱਚ ਤੁਸੀਂ ਦੇਖਿਆ ਜੀ, ਈਦ ਨੇ ਵਾਲੇ ਨਾਲ ਮੈਂ ਖਸੂਸੀ ਵੀਲਾਗ ਬਣਾਇਆ ਜੀ, ਅਤੇ ਉਸਨੇ ਬਿਲਕੁਲ ਆਖਰ ਵਿੱਚ ਮੈਂ ਤੁਸਾਂ ਦੋਸਤਾਂ ਭਰਾਵਾਂ ਨਾਲ ਸ਼ੇਅਰ ਕੀਤੇ ਆ ਕਿ ਇੱਥੋਂ ਹੀ ਅੱਗੇ ਆਉਣ ਵਾਲ ਮੈਂ ਪਾਰਟ 2 ਵੀ ਬਣਾ ਸਾਂ, ਲੇਕਿਨ ਕਿਸੇ ਵਜ੍ਹਾ ਤੋਂ ਸਾਂ ਮੈਂ ਅੱਗੇ ਜਾਰੀ ਨਾ ਰੱਖ ਸਕਿਆ। ਤਕਰੀਬਨ 5 ਤੋਂ 6 ਮਿੰਟ ਨੇ ਉਹ ਕਲਿਪਸ ਵੀ ਮੈਂ ਰਿਕਾਰਡ ਕੀਤੇ ਨੇ, ਲੇਕਿਨ ਉਹਨਾਂ ਮੈਂ ਸਕਿਪ ਕਰ ਗਏ। ਈਦ ਤੋਂ ਦੂਸਰੇ ਦਿਹਾੜੇ ਅੱਜ ਦੁਬਾਰਾ ਤੋਂ ਇੱਕ ਫਰੈਸ਼ ਵੀਲਾਗ ਜਿਹੜਾ ਜੀ ਸ਼ੁਰੂ ਕਰੋ ਲੱਗਾ। ਗੱਲ ਕੀਤੀ ਜੋਲੇ ਈਦ ਨਾਲ ਜਿਹੜਾ ਦੂਸਰਾ ਔਰ ਤੀਸਰਾ ਦਿਹਾੜਾ ਹੋਣਾ ਜੀ, ਇਹ ਮਖਸੂਸ ਹੋਣਾ ਯੋਮ ਏ ਸਸੁਰਾਲ ਨੇ ਹਵਾਲੇ ਨਾਲ, ਅਤੇ ਉਸੀ ਮੁਨਾਸਬਤ ਨਾਲ ਮੈਂ ਵੀ ਸਸੁਰਾਲ ਨੇ ਅੰਦਰ ਮੌਜੂਦ ਹਾਂ। ਨਾਲੋ ਨਾਲ ਖਾਣਾ ਪਿਆ ਜੀ ਮਿਠਾਈ, ਨਾਲ ਇਹ ਨਜ਼ਾਰੇ ਜਿਹੜੇ ਨੇ ਜੀ, ਇਹਨਾਂ ਵਾਂ ਦੇਖ ਕੇ ਅੱਖੀਆਂ ਵਾਂ ਪਹੁੰਚਾਉਣਾ ਪਿਆ ਠੰਡੋਕ। ਹੌਲੇ ਪਾਸੇ ਮਾਂ ਲੁਕਾਠਾਂ ਨਜ਼ਰ ਵੀ ਆਉਣੀਆਂ ਨੇ, ਔਰ ਬਾਕੀ ਵਿਊ ਵੀ ਬੜਾ ਅੱਛਾ ਜੀ। ਮੈਂ ਸੋਚ ਰਿਹਾ ਕਿ ਇੱਥੋਂ ਡਾਇਰੈਕਟ ਅਗਲਾ ਕਲਿਪ ਜਿਹੜਾ ਜਾ ਕੇ ਉੱਥੇ ਕਿ ਨਾ, ਅਤੇ ਤੁਸਾਂ ਮੰਡੇ ਨਾਲ ਰਹਿਣੇ। ਔਰ ਅੱਜ ਨਹੀਂ, ਇਸ ਵੀਡੀਓ ਵਿੱਚ ਇੱਕ ਉਹ ਇੰਤਹਾਈ ਖਾਸ ਕਿਸਮ ਨਾਲ ਈਵੈਂਟ ਹੈ, ਪ੍ਰੋਗਰਾਮ ਹੈ ਜੀ, ਖਾਣੇ ਅਸਾਂ ਨੇ ਮਹੱਲੇ ਵਿੱਚ, ਉਸਾਂ ਵੀ ਕਵਰੇਜ ਦੇਸਾਂ। ਤੁਸੀਂ ਬਿਲਕੁਲ ਜੰਮ ਕੇ ਰਹਿਣਾ, ਬੋਰ ਨਹੀਂ ਹੋਣਾ। ਚਲੋ ਜੀ ਨਾਜ਼ਰੀਨ, ਜੈਸਾ ਕਿ ਤੁਸਾਂ ਦੇਖ ਸਕਦੇ ਹੋ, ਇਸ ਸਾਹਮਣੇ ਮਾਸ਼ਾਅੱਲਾ ਲੁਕਾਠਾਂ ਪੱਕੀਆਂ ਨੇ ਜੀ। ਇਸ ਤੋਂ ਇਲਾਵਾ ਹੌਲੇ ਅਗਲੇ ਪਾਸੇ ਆੜੀਆਂ ਨੇ ਜੋ ਕਿ ਲੇਟ ਪੱਕੀਆਂ ਨੇ। ਲੇਟ ਤੋਂ ਮਰਾਦ ਜੂ ਹੀ ਇਹ ਕਣਕਾਂ ਜਿਹੜੀਆਂ ਨੇ ਜੀ, ਇਹਨਾਂ ਵਾਂ ਹੱਥ ਲੱਗੇ ਹੋ ਸੀ, ਨਾਲੋਂ ਨਾਲ ਇਹ ਪੱਕ ਵਸਾਉਣ। ਆਖਦੇ ਹੋ ਜੀ ਤੁਸੀਂ ਮੇਲਾ ਲਾਓ, ਗੁਜਰ ਜ਼ਰੂਰ ਆਵੇਗਾ। ਅੱਛਾ, ਲੇਕਿਨ ਈਦ ਨਹੀਂ ਮੁਨਾਸਬਤ ਨਾਲ ਥੋੜ੍ਹਾ ਜਿਹਾ ਇਸ ਡਲਾਗ ਕਰ ਸਾਂ ਜੀ ਚੇਂਜ। ਉਹ ਕੁਝ ਇਸ ਤਰ੍ਹਾਂ, ਤੁਸੀਂ ਤਿੱਕਾ ਪਕਾਓ, ਗੁਜਰ ਜ਼ਰੂਰ ਆਵੇਗਾ। ਲਿਆਜ਼ਾ ਗੁਜਰ ਤੁਸਾਂ ਨੇ ਸਾਹਮਣੇ ਵੇ ਜੀ। ਅੱਜ ਨਹੀਂ ਇਹ ਜਿਹੜੀ ਈਦ ਮਿਲਨ ਪਾਰਟੀ, ਇਸ ਨੇ ਚੀਫ ਆਰਗਨਾਈਜ਼ਰ ਨੌਮੀ ਭਾਅ ਜੀ ਇਹ ਸਾਹਮਣੇ ਖਲਤੇ ਨੇ। ਸੂਰਜ ਗਲੀ ਗ੍ਰਾਇਨ ਅੰਦਰ ਜਿਤਨੀਆਂ ਗੱਡੀਆਂ ਨੇ ਜੀ, ਓਵਰਆਲ ਉਹ ਮੇਰੇ ਖਿਆਲ ਨਾਲ ਕਿਸੇ ਇੱਕੀ ਗ੍ਰਾਇਨ ਵਿੱਚ ਸੈਪਰੇਟਲੀ ਉਤਨੀ ਟਰਾਂਸਪੋਰਟ ਮੌਜੂਦ ਨਹੀਂ। ਬੜੀ ਗੱਲ ਹੈ ਜੀ, ਮਾਸ਼ਾਅੱਲਾ ਇਹ ਜਿਹੜੀਆਂ ਗੱਡੀਆਂ ਨੇ ਜੀ, ਬਾਕੀ ਮੈਂ ਦੇਖਿਆ ਰੋਡ 'ਤੇ ਚੱਲਦੀਆਂ ਨੇ ਪਈਆਂ, ਇਹ ਕਿਉਂ ਅੱਜ ਰੁਕੀਆਂ? ਇਹ ਵਜ੍ਹਾ? ਇਹ ਗੱਡੀਆਂ ਅੱਜ ਸਪੈਸ਼ਲ ਰੁਕੀਆਂ ਨੇ, ਸਾਰੇ ਅਮਲੇ ਆ ਦਾਵਤ ਦਿੱਤੀ ਹੈ ਈਦ ਮਿਲਨ ਪਾਰਟੀ ਦਿੱਤੀ ਨਾ, ਸਾਲ ਪੂਰਾ ਇਹ ਡਰਾਈਵਰ ਡਿਊਟੀ ਕਰਨੇ ਰਹਿੰਦੇ ਨੇ, ਕੰਮ ਕਰਨੇ ਰਹਿੰਦੇ ਨੇ, ਇਤਨੀ ਵਜ੍ਹਾ ਤੋਂ ਕਰਕੇ ਨਾ ਗੱਡੀਆਂ ਸਪੈਸ਼ਲ ਜਿਹੜਾ ਨਾ ਅੱਜ ਨਾ ਡਰਾਈਵਰਾਂ ਅਮਲੇ ਸਮੇਤ ਨਾ ਗੱਡੀਆਂ ਵੀ ਪਾਬੰਦ ਕਰ ਸਕਿਆ ਇੱਥੇ। ਅਤੇ ਇਸ ਤੋਂ ਇਲਾਵਾ ਇਹ ਵੇ ਜੀ, ਓਵਰਆਲ ਤੁਸਾਂ ਨੇ ਜਿਹੜੀ ਟਰਾਂਸਪੋਰਟ ਫੈਮਿਲੀ ਹੈ, ਜੋ ਕਿ ਮਾਸ਼ਾਅੱਲਾ ਕਾਫੀ ਪੁਰਾਣਾ ਤੁਸਾਂ ਨਾਲ ਬੈਕਗਰਾਊਂਡ ਹੈ, ਉਹ ਸੰਭਾਲੀ ਹੈ, ਅਤੇ ਤੁਸਾਂ ਕੋਲ ਬਿਡਫੋਰ ਡੱਬੇ ਹੋਣੇ ਨਿਕਾਹ ਜਾਇਆ ਅਤੇ ਦੇਖਣੇ ਆ ਲੱਗੇ ਹਾਂ, ਓਵਰਆਲ ਤੁਸਾਂ ਨੇ ਜਿਹੜੀ ਫੈਮਿਲੀ ਹੈ ਟਰਾਂਸਪੋਰਟ, ਇਸ ਟਾਈਮ ਕੁੱਲ ਮਿਲਾ ਕੇ ਤੁਸਾਂ ਕੋਲ ਕਿੰਨੀਆਂ ਗੱਡੀਆਂ ਨੇ? ਤਕਰੀਬਨ ਸਰ ਅਸਾਂ ਦੀ ਪੂਰੀ ਫੈਮਿਲੀ ਕੋਲ ਮਿਲਾ ਕੇ ਇਸ ਟਾਈਮ 24-25 ਗੱਡੀਆਂ ਆਇਆ ਨੇ ਨਾ। ਕੁਝ ਗੱਡੀਆਂ ਅਸਾਂ ਦੀਆਂ ਸ਼ਿਫਟ ਹੁੰਦੇ ਨੇ ਅਤੇ ਕੁਝ ਨਾ ਖਾਨਪੁਰ ਰੋਡ 'ਤੇ ਨੇ, ਕੁਝ ਅਤਾਰ ਰੋਡ 'ਤੇ ਨੇ। ਇਹ ਮਾਸ਼ਾਅੱਲਾ ਬਾਬਾ ਯੂਸਫ ਸਾਹਿਬ ਨੇ ਜੀ, ਹਰੀਪੁਰ ਤੋਂ ਆਏ ਨੇ, ਖਲਾਬਾਦ ਟਾਊਨਸ਼ਿਪ ਤੋਂ, ਅਤੇ ਬਹੁਤ ਪੁਰਾਣੇ ਟਰਾਂਸਪੋਰਟਰ ਨੇ, ਪੁਰਾਣੇ ਮਕਸਦ ਦੇ, ਸਾਡੀ ਪੈਦਾਸ਼ ਤੋਂ ਵੀ ਪਹਿਲੇ ਨੇ ਟਰਾਂਸਪੋਰਟਰ ਨੇ ਇਹ, ਅਸਾਂ ਨੇ ਮਕਸਦ ਦੇ ਚੀਫ ਗੈਸਟ ਵੀ ਨੇ।
ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਅਸਲਾਮ ਰਹਿਮਤੁਲਾਹ ਬਰਕਾਤੁ। ਬਾਬਾ ਜੀ ਤੁਸੀਂ ਨਾ ਜ਼ਰਾ ਮੌਜੂਦ ਨਾਜ਼ਰੀਨ ਜਿਹੜੇ ਦੇਖ ਰਹੇ ਨਾ ਜ਼ਰਾ ਇਹ ਗੱਲ ਦੱਸੋ, ਤੁਸੀਂ ਕਿੰਨੀ ਅਰਸਾ ਹੋ ਗਈ ਇਸ ਟਰਾਂਸਪੋਰਟ ਵਾਲੇ ਕੰਮ ਵਿੱਚ? 1982 ਦੇ ਅੰਦਰ ਟਰਾਂਸਪੋਰਟ ਇਸ ਖਾਨਪੁਰ ਦੇ ਅੰਦਰ ਜਿਸ ਟਾਈਮ ਰੋਡ ਦੀ ਤਾਕਤ ਹੀ ਨਹੀਂ ਆਸੀ, ਅਸੀਂ ਉਸ ਟਾਈਮ ਦੇ ਇਸ ਟਾਈਮ ਤੋਂ ਸਹੀ ਟਰਾਂਸਪੋਰਟ ਤੁਸੀਂ ਨਹੀਂ ਕਿੱਥੇ ਚੱਲਣੀ ਰਹੀ ਹੈ? ਪਹਿਲੇ ਕਰਾਚੀ। 82 ਤੋਂ ਪਹਿਲੇ ਤੁਹਾਡੀ ਟਰਾਂਸਪੋਰਟ ਕਰਾਚੀ ਚੱਲਣੀ? ਕਰਾਚੀ ਹੈਦਰਾਬਾਦ ਤੋਂ ਕਰਾਚੀ ਚੱਲਦੀ ਰਹੀ ਹੈ। ਸਹੀ ਹੋ ਗਿਆ, ਹਾਂਜੀ ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਖਾਨਪੁਰ ਰੋਡ ਤੇ ਤੁਸੀਂ ਤਾਰ ਰੋਡ ਤੇ ਆ ਗਏ? ਹਾਂ 82 ਤੋਂ ਖਾਨਪੁਰ ਰੋਡ ਤੇ ਤਾਰ ਰੋਡ ਤੇ ਆ ਗਏ। ਠੀਕ ਹੋ ਗਿਆ। ਇਸ ਟਾਈਮ ਤੁਸੀਂ ਨਹੀਂ ਜ਼ਿਆਦਾ ਕੰਮ ਇੱਥੇ ਇੰਡਸਟਰੀ ਏਰੀਆ ਸ਼ਿਫਟਾਂ ਨਾਲ? ਬਸ ਸ਼ਿਫਟਾਂ ਉਠਾ ਰਹੇ, ਬਸ ਫੈਕਟਰੀ ਨਹੀਂ ਆਪਣੀ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਜੀ, ਇਹਲੇ ਪਾਸੇ ਅਸਾਂ ਨਾਲ ਸਲੀਮ ਚਾਚਾ ਮੌਜੂਦ ਨੇ, ਜਿਨ੍ਹਾਂ ਨਾਲ ਤਾਂ ਲੋਕ ਢੇਰੀ ਆਜ਼ਾਦ ਨਾਲ ਹੈ ਜੀ। ਬੇਸਿਕਲੀ ਇਹ ਵੀ ਦਿਵਾਲੀਆਂ ਨਹੀਂ ਨੇ, ਅਤੇ ਇਹ ਵੀ ਜਦੋਂ ਨਹੀਂ ਅਸਾਂ ਔਜ ਸੰਭਾਲੀਏ ਜੀ। ਹੈਵੀ ਟਰਾਂਸਪੋਰਟ, ਬੈਡਫੋਰਡ, ਡੰਪੋਰ, ਟਰੈਕਟਰ, ਦੁਨੀਆ ਨਹੀਂ ਹਰ ਗੱਡੀ ਨਾਲ ਚਲਾਉਣੇ ਦੇਖਦੇ ਹਾਂ ਪਏ। ਅਤੇ ਅਸਲਾਮ ਅਲੈਕੁਮ ਜੀ ਸਭ ਤੋਂ ਪਹਿਲੇ। ਵਾਲੇਕੁਮ ਅਸਲਾਮ ਜੀ ਰਹਿਮਤੁਲਾਹ। ਕੈਸਾ ਮਹਿਸੂਸ ਕਰ ਰਹੇ ਹੋ ਜੀ ਇਹ ਤੁਸੀਂ ਜਿਹੜੀ ਇਹ ਗੈਦਰਿੰਗ ਦੇਖ ਰਹੇ ਹੋ ਟਰਾਂਸਪੋਰਟਰਾਂ ਨੂੰ? ਪ੍ਰੋਗਰਾਮ ਹੈ ਜੀ, ਅੱਲਾ ਜ਼ਿੰਦਗੀ ਕਰੇ ਲੋਮੀ ਨਹੀਂ। ਫਿਲਹਾਲ ਅਸਾਂ ਨੇ ਮਤਲਬ ਇਹ ਨੌਜਵਾਨ ਹੈ ਟਰਾਂਸਪੋਰਟਰ ਹੈ, ਮੋਹਿਆ ਕਿ ਡਿਪਟੀ ਇਹ ਹੀ ਕਰ ਰਹੇ, ਅਤੇ ਇਸ ਨਾਲ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਬਹੁਤ ਅੱਛਾ ਆਹਲਾ ਪ੍ਰੋਗਰਾਮ ਇਸ ਕੀਤਾ। ਅਸੀਂ ਜਿਹੜੇ ਪੁਰਾਣੇ ਹਾਂ, ਜਿਹੜੇ ਇਸ ਕੰਮੇ ਤੋਂ ਕੁਝ ਲਟਹਿਰ ਹੋਣੇ ਪੈਣੇ ਹਾਂ, ਉਹਨਾਂ ਸਾਰਿਆਂ ਇਸ ਮਤਲਬ ਅਸਾਂ ਬੁਲਾਇਆ, ਬੜੀ ਮਤਲਬ ਅਸਾਂ ਇਸੋ ਦਿੱਤੀ ਪ੍ਰੋਟੋਕੋਲ ਦਿੱਤਾ। ਸਭ ਤੋਂ ਪਹਿਲੇ ਤਾਂ ਇਹ ਕਿ ਮੈਂ ਨੌਮੀ ਨਾਕੇ ਨਾਲ ਸ਼ੁਕਰੀਆ ਅਦਾ ਕਰਨਾ ਕਿ ਜਿਸ ਅਸਾਂ ਦਾਵਤ ਦਿੱਤੀ ਟਰਾਂਸਪੋਰਟਰ ਪਹਿਲੀ ਵੀ ਆ ਇਹ ਆਪਣੇ ਅਮਲੇ ਹਾਂ, ਇਤਨਾ ਪ੍ਰੋਟੋਕੋਲ ਕਿਸੇ ਨਹੀਂ ਦਿੱਤਾ ਜਿਤਨਾ ਨੌਮੀ ਦਿੱਤਾ, ਕੋਈ ਸ਼ੱਕ ਨਹੀਂ। ਲਹਿਜ਼ਾ ਅਸੀਂ ਸਾਂ ਦਾਤ ਦੇਣੇ ਹਾਂ ਔਰ ਇਸ ਨਾਲ ਸ਼ੁਕਰੀਆ ਅਦਾ ਕਰਨੇ। ਸੱਜੇ ਪਾਸੇ ਖਲਤੇ ਨੇ ਜੀ ਗੁਜਰ ਟਰਾਂਸਪੋਰਟ, ਕਾਨਵੇਂ ਗਰੁੱਪ ਸੂਰਜ ਗਲੀ ਨੇ, ਫੁਰਮੈਨ ਹਮਾਯੂਨ ਉਸਤਾਦ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਕੈਸਾ ਮਹਿਸੂਸ ਕਰ ਰਹੇ ਹੋ ਜੀ ਤੁਸਾਂ ਨੇ ਨਹਿ ਕੇ ਅੱਜ ਇਹ ਦੰਗੋ ਲਾ ਦਿੱਤਾ? ਨਹਿ ਕੇ ਬਹੁਤ ਅੱਛਾ ਕੰਮ ਕੀਤਾ ਜੀ। ਠੀਕ ਹੈ, ਸਾਰਿਆਂ ਦਾਵਤ ਦਿੱਤੀ ਨੇ। ਠੀਕ ਹੈ, ਖਾਣਾ ਹਾਲੇ ਖੁੱਲ੍ਹਣੇ ਟਾਈਮ ਹੈ, ਤੁਸਾਂ ਪਹਿਲੇ ਤੋਂ ਮਤਲਬ ਥੋੜ੍ਹਾ ਐਕਸਾਈਟਮੈਂਟ ਹੈ ਵੇ, ਮਤਲਬ ਤੁਸੀਂ ਕਿ ਇਸ ਹਵਾਲੇ ਨਾਲ ਸੋਚ ਰਹੇ ਹੋ ਕਿ ਕੈਸਾ ਪ੍ਰੋਗਰਾਮ ਹੋ ਸੀ? ਨਹੀਂ ਇਨਸ਼ਾਅੱਲਾ ਸੋਹਣਾ ਪ੍ਰੋਗਰਾਮ ਹੋ ਸੀ। ਅੱਛਾ, ਇੱਕ ਹੋਰ ਤੁਸਾਂ ਤੇ ਕੁਐਸਚਨ ਕਰਸਾਂ ਕਿ ਇਹ ਜਿਹੜੇ ਨਾਇਕ ਨੇ ਤੁਸਾਂ ਨੇ, ਤੁਸਾਂ ਨਾਲ ਕਿਸ ਤਰ੍ਹਾਂ ਦਾ ਬਿਹੇਵੀਅਰ ਰੱਖਣੇ ਨੇ, ਕਿਸ ਤਰ੍ਹਾਂ ਟ੍ਰੀਟ ਕਰਨੇ ਨੇ ਤੁਸਾਂ? ਨਾਇਕ ਵੀ ਹੈ ਜੀ ਤੇ ਭਰਾ ਵੀ ਹੈ, ਅਸਾਂ ਨਾ ਇਹ ਅਸਾਂ ਨਾਲ ਖਿਆਲ ਕਰਨਾ ਤੇ ਅਸੀਂ ਇਸ ਨਾਲ ਖਿਆਲ ਕਰਨੇ। ਠੀਕ ਹੋ ਗਿਆ ਜੀ, ਤੁਸਾਂ ਦੀ ਸਰਵਿਸ ਕਿੰਨੀ ਹੋ ਗਈ ਇਸ ਫੀਲਡ ਵਿੱਚ? ਮੇਰੀ ਸਰਵਿਸ ਤਕਰੀਬਨ 45-46 ਸਾਲ ਹੋ ਗਏ। ਬੜੀ ਗੱਲ ਹੈ। ਤੇ ਇਸ ਤੋਂ ਪਹਿਲੇ ਇਸ ਤਰ੍ਹਾਂ ਨਾ ਕੋਈ ਤੁਸਾਂ ਵਾ ਪ੍ਰੋਗਰਾਮ ਖਾਣੇ ਵਾਸਤੇ ਮਿਲਿਆ ਹੋਵੇ ਜਾਂ ਕੋਈ ਪਾਰਟੀ ਵਗੈਰਾ? ਨਹੀਂ, ਇਸ ਤਰ੍ਹਾਂ ਦੀ ਪਾਰਟੀ ਕੋਈ ਨਹੀਂ ਹੋਈ। ਓਵਰਆਲ ਹੋਣੀਆਂ ਰਹਿਣੀਆਂ ਉਸ? ਹਾਂ, ਓਵਰਆਲ ਤੇ ਹੋਣੀਆਂ ਰਹਿਣੀਆਂ। ਚਲੋ ਜੀ, ਗੱਲਾਂ ਹੋਰ ਵੀ ਹੈ ਨੇ ਜੋ ਕਿ ਅੱਗੇ ਚੱਲ ਕੇ ਤੁਸਾਂ ਨਾਲ ਸ਼ੇਅਰ ਕਰਸਾਂ। ਮਹਿਮਾਨਾਂ ਦੀ ਸੈਟਿੰਗ ਦਾ ਇੰਤਜ਼ਾਮ ਜਿਹੜਾ ਜੀ ਸਾਹਮਣੇ ਲਈ ਹਵੇਲੀ 'ਚ, ਇਸ ਤੋਂ ਇਲਾਵਾ ਖਾਣੇ ਦਾ ਜਿਹੜਾ ਇੰਤਜ਼ਾਮ ਹੈ ਉਹ ਇਹਲੇ ਪਾਸੇ ਵੇ ਸਾਹਮਣੇ ਲਈ ਹਵੇਲੀ 'ਚ। ਆਓ ਤੁਸਾਂ ਦੱਸਣੇ ਆ ਅਖਤਰ ਟੈਂਟ ਐਂਡ ਕੇਟਰਿੰਗ ਸਰਵਿਸ। ਅਸਲਾਮ ਅਲੈਕੁਮ, ਖੈਰ ਠੀਕ ਹੋ? ਖੈਰ ਅੱਜ ਤੁਸਾਂ ਨਜ਼ਾਕਾ ਦੁਬਾਰਾ ਤੋਂ ਚੈੱਕ ਹੋ ਸੀ? ਠੀਕ ਹੋ ਜੀ, ਸਾਰਿਆਂ ਤੋਂ ਪਹਿਲੇ ਚੈੱਕ ਕਰਾਓ ਜੀ ਇਹਲੇ ਪਾਸੇ ਸਲਾਦ ਪਿਆ ਬਣਨੇ ਜੀ, ਥੋੜ੍ਹਾ ਜਿਹਾ ਇਹਨਾਂ ਨਜ਼ਰੀ ਨਾਲ ਦੱਸੋ ਜੀ। ਇਸ ਤੋਂ ਅੱਗੇ ਸਾਹਮਣੇ ਚੈੱਕ ਕਰਾਓ ਜੀ, ਥੋੜ੍ਹਾ ਪਿੱਛੇ ਹੋ ਕੇ ਇਹ ਜਨਾਬ ਵਾਲੀ ਇੱਥੇ ਟੇਬਲ ਕੁਰਸੀਆਂ ਲੱਗਣੀਆਂ ਨੇ ਪਈਆਂ ਜੀ। ਇਹ ਅਸਾਂ ਨੇ ਮਜ਼ਜ਼ ਮਹਿਮਾਨ ਵੀ ਆਣ ਕੇ ਇੱਥੇ ਬੈਠੇ ਆ ਨੇ,
ਇਹਲੇ ਪਾਸੇ ਵੀ ਟੇਬਲ ਲੱਗ ਗਿਆ ਨੇ, ਇਹਲੇ ਪਾਸੇ ਵੀ, ਉਹਲੇ ਪਾਸੇ ਵੀ। ਇਹ ਅਸਾਂ ਨੇ ਪੱਪੂ ਉਸਤਾਦ ਨੇ ਜੀ, ਅਤੇ ਇਹ ਜਨਾਬ ਅਲੀ ਇੱਥੇ ਇਸ ਟਾਈਮ ਸਟੇਜ ਉੱਤੇ ਬਿਰਾਜਮਾਨ ਨੇ। ਇਹਲੇ ਪਾਸੇ ਵੀ ਅਸਾਂ ਨੇ ਬਾਸ ਭਾਅ ਜੀ ਨੇ ਜੀ, ਇਹ ਮਹਿਮਾਨ ਵੀ। ਅਤਾਰ ਰੋਡ 'ਤੇ ਗੱਡੀ ਚਲਾਉਣੇ ਨੇ ਜੀ, 24 ਭੂਈ ਗਾਲਾਂ ਨਾਲ ਇਹਨਾਂ ਨਾਲ ਤਲੋਗੇ ਜੀ। ਇਹ ਸਾਵਿਆਂ ਕੱਪੜਿਆਂ ਵਾਲਾ ਜਾਣਾ ਮੈਂ, ਕੋਈ ਸਪੈਸ਼ਲ ਮਹਿਮਾਨ ਲੱਗਣੇ। ਕੌਣ ਹੈ ਜੀ ਜਣਾ? ਇਹ ਮਹਿਮਾਨ ਧਾਰਾਂ ਤੋਂ ਆਇਆ ਜੀ, 93 ਨਾਇਕ ਹੈ ਜੀ। ਮਾਸ਼ਾਅੱਲਾ, ਇਹ ਬਿਡਫੋਰਡ ਹੈ ਕੇ ਸ਼ਹਿਰ? ਇਹ ਬਿਡਫੋਰਡ ਡੱਬਾ ਵੀ 93। ਅੱਛਾ, ਇਹ ਵੀ ਅਸਾਂ ਨਾਲ ਉੱਥੇ ਸ਼ਿਫਟ ਹੀ ਚਾਹੁੰਦੇ ਹਾਂ। ਠੀਕ ਹੈ, ਅਤੇ ਇਸ ਦੀਆਂ ਅਸਾਂ ਦੀਆਂ ਕੁਝ ਗੱਡੀਆਂ ਵੀ ਇਸ ਨਾਲ ਥੋੜ੍ਹਾ ਅਗਲਾ ਸ਼ੇਅਰ ਹੋ। ਸਹੀ ਹੈ, ਸ਼ੇਅਰ ਹੈ ਵੀ ਲੰਗੋਟੀਆ ਯਾਰ ਹੈ ਸਾਹਿਬ। ਜੀ ਜੀ ਜੀ, ਅਤੇ ਨਾਂ ਦੱਸੋ ਜੀ। ਸੈਫੁੱਲਾ। ਤੁਸੀਂ ਦਿਵਾਲੀਆਂ ਦਾ ਨਾਂ ਸੋਸ਼ਲ ਮੀਡੀਆ ਸੁਣਿਆ ਹੋ ਸੀ, ਕੈਸਾ ਮਹਿਸੂਸ ਹੋਇਆ ਇੱਥੇ ਆ ਕੇ? ਟਿਕਟੋਕ ਦੇ ਤੁਸਾਂ ਨੇ ਫੈਨ ਆ ਜੀ। ਬੜੀ ਗੱਲ ਹੈ, ਬੜੀ ਗੱਲ। ਤੁਸਾਂ ਨੇ ਵੀਡੀਓ ਲਾਈਕ ਸ਼ੇਅਰ ਕਰਨੇ ਰਹਿੰਦੇ ਆ ਜੀ। ਬੜੀ ਗੱਲ ਹੈ ਜੀ, ਬੜੀ ਮਿਹਰਬਾਨੀ। ਤੁਸਾਂ ਅਸੀਂ ਇੱਥੇ ਖੁਸ਼ਮਦੀਦ ਆਖਦੇ ਹਾਂ ਜੀ, ਅਤੇ ਕੋਸ਼ਿਸ਼ ਕਰ ਸਾਂ ਜਿੰਨੇ ਮਹਿਮਾਨ ਬਾਹਰ ਤੋਂ ਆਏ ਨੇ ਉਹਨਾਂ ਦੀ ਖਾਤਰ ਮਦਾਰੋ 'ਤੇ ਉਸ ਨੇ ਅੰਦਰ ਕਿਸੇ ਕਿਸਮ ਦੀ ਕਮੀ ਨਾ ਰਹੇ, ਕਿਸੇ ਕਿਸਮ ਨੇ ਵੀ ਤੁਸਾਂ ਚਾਹੀ ਨਹੀਂ ਹੋਵੇ ਸ਼ੈ। ਮੈਂ ਦੱਸੋ, ਮੈਂ ਤੁਸਾਂ ਕੋਲ ਜਨਾਬ ਅਲੀ ਇਹਲੇ ਪਾਸੇ ਦੇਗਾਂ ਵੀ ਦੱਸੋ ਨਾ ਜੀ, ਇਹ ਤੱਕ ਪੂਰੀ ਦੇਗ ਰੱਖਾਂ ਕੋਲ, ਅਤੇ ਬਹੁਤ ਸ਼ੁਕਰੀਆ। ਲਓ ਜੀ ਦੋਸਤੋ, ਮਹਿਮਾਨ ਸਾਰੇ ਖਾਣਾ ਖਾ ਕੇ ਟੈਟ ਹੋ ਕੇ ਘਰਾਂ ਚਲੇ ਗਏ ਨੇ, ਅਤੇ ਮੈਂ ਜਾਂ ਤੱਕ ਉਹ ਵੀਡੀਓ ਬਣਾਉਂਦਾ ਰਿਹਾ, ਮੈਂ ਕਿਸੇ ਬੰਦੇ ਨਹੀਂ ਛੇੜਿਆ। ਹੁਣ ਸਮਝ ਗਏ ਨੇ ਕਿ ਵੀਡੀਓ ਸਾਰੀ ਬਣ ਗਈ ਆਖਦੇ ਨੇ ਕੁਰਸੀਆਂ 'ਚ ਆ। ਇਹ ਕੋਈ ਗੱਲ ਕਰਨੇ ਚਾਹੋ ਜੀ ਮਲੁਕ ਸਾਹਿਬ, ਅੱਗੋਂ ਆਟੋ ਕੈਮਰੇ ਲਿਆ, ਪਛਾਓ ਪਛਾਓ ਆਇਆ ਨੌਵੀਂ ਨੈਕ ਆਟੋ ਅੱਗੋਂ ਕੱਟ ਸਾਟੋ, ਸਾਰੀ 3 ਘੰਟੇ ਨਹੀਂ ਫਿਲਮ ਬਣਾਉਣੀ ਹੁਣ, ਕੱਟ ਸਾਟ ਜਰਾ ਜੀ। ਤੁਸੀਂ ਮੈਂ ਸਿਆਣੇ ਲੱਗਣੇ ਹੋ, ਬਾਕੀ ਸਾਰੇ ਹੁਣ ਇੱਥੇ ਜੰਦੋ ਖੁੰਦੋ ਕੀ ਰਹਿ ਗਏ ਨੇ। ਇਹ ਕੋਈ ਤਰੀਕਾ ਕਾਰ ਹੈ? ਨਹੀਂ ਤਰੀਕਾ ਕਾਰ, ਮੈਂ ਉਹਨਾਂ ਡੱਕਣਾ ਯਾਰ। ਮੈਂ ਸਿਰੇ ਤੇ ਚਾਹ ਕੇ ਛੋੜ ਕੇ ਆਸਾਂ ਸਾਰੀਆਂ, ਗੱਡੀ ਤੇ ਵੀ ਨਾ ਲਾ ਦੋ। ਬਸ ਨਹੀਂ ਨਹੀਂ ਨਹੀਂ, ਬਸ ਨਹੀਂ ਕਰੇ ਹੋਰ ਨਾ ਚਾਵਾਂ। ਹਾਂ ਬਸ ਹੋ ਗਈ ਹੈ, ਬਸ ਬਸ ਠੀਕ ਹੈ। ਖੜੋ ਓਏ, ਖੜੋ ਸਾਰੀਆਂ ਖੜੋ। ਮੈਂ ਕੰਮ ਹੀ ਨਾ ਕਰਨਾ, ਮੈਂ ਮਧਿਆਈ ਬੰਦਿਆਂ ਆਖ ਸਟੇ। ਲਓ ਜੀ ਦੋਸਤੋ, ਬਿਲ ਆਖੋ ਅੱਜ ਨਾ ਜਿਹੜਾ ਇਹ ਈਦ ਮਿਲਨ ਪਾਰਟੀ ਜੀ ਜਿਹੜਾ ਖਾਣਾ ਆ, ਅੱਲਾ ਹੈਰ ਕਰੇ, ਬਿਲਕੁਲ ਜ਼ਬਰਦਸਤ ਤਰੀਕੇ ਨਾਲ ਮਹਿਮਾਨਾਂ ਨੋਸ਼ ਕੀਤਾ ਜੀ। ਔਰ ਇਸ ਵਕਤ ਅਸਾਂ ਸਾਰੇ ਇੱਥੇ ਪਿੱਛੇ ਜਿਹੜੇ ਇੱਕ ਹਿਸਾਬ ਨਾਲ ਤੱਕਿਆ ਚੱਲੇ
انتظامیہ میں جی موقع تے موجود ہاں. ایک تے اساں نے باہر تو معزز مہمان آئے جی, دوسرے نمبر تے ایک خاص گل جو کہ میں ویڈیو نینڈ شیئر کرنا ضروری سمجھنا, اساں کول ایک کمیٹی ہے جی جو کہ خودگی نے دن او مطلب کھانا وغیرہ جتنا بھی اساں کول رواج ہے جی کلچر اس نے مطابق ٹوٹلی اساں نے کمیٹی دینی ہے. ظاہر ہے اگر کمیٹی ہے تے اس نے وچ کوئی ممبران بھی ہو سن, اس تو علاوہ جڑے مطلب قبر کوئی کھڑنی پینی ہے جو اس وچ بھی لوگ بڑھ چڑھ کے حصہ کرنے نے ملے نے, اور لوگ بھی انہیں مطلب جس حساب نال انہیں اگے ہے انہوں نے لیک سلیک انہیں بلائے نے, سپیشلی کمیٹی نے انہیں ترے دفعہ بلایا ہے. بڑی گل ہے جی تساں اساں اس خاص موقع تے یاد رکھا ہے, تے باقی امید کرنے ہیں جی آئندہ بھی جتنے بھی اساں نے کوئی اس طرح نے کام آ سن جی انہوں میں بڑھ چڑھ کے ساگن سن جی. ویڈیو آ ریڈی ہوگی جی لمی نیکسٹ ویڈیو تک. محمد شیخ گجر دوالیاں رہ دو جی, اجازت اللہ والے.